ਇਹਨਾਂ ਦਾ ਇੰਟਰਸਟਿੰਗ ਕੁਐਸਚਨ ਹੈ ਪੀਜੀਟੀ ਫਿਜ਼ਿਕਸ ਲਈ ਐਲੀਜੀਬਲ ਬਣਨਾ ਚਾਹੁੰਦੇ ਨੇ 10+1 ਤੇ 10+2 ਨੂੰ ਟੀਚ ਕਰਨਾ ਚਾਹੁੰਦੇ ਨੇ ਤੇ ਇਹ ਪੁੱਛ ਰਹੇ ਨੇ ਕਿ ਕੀ ਫਿਜ਼ੀਕਲ ਸਾਇੰਸ ਇਨ ਬੀਐਡ ਔਰ ਮੈਥ ਪਲੱਸ ਸਾਇੰਸ ਲੈ ਸਕਦੇ ਆ ਗਲਤ ਹੈ ਜੇਕਰ ਤੁਸੀਂ ਮੈਥ ਲੈ ਲਿਆ ਹੈ ਮੈਥ ਲਈ ਤੁਸੀਂ ਟੀਜੀਟੀ ਲਈ ਐਲੀਜੀਬਲ ਹੋ ਗਏ ਔਰ ਜੇ ਤੁਸੀਂ ਐਮਐਸਸੀ ਮੈਥਸ ਕਰ ਲਈ ਹੈ ਐਮਐਸਸੀ ਕਰ ਲਈ ਹੈ ਮੈਥ ਦੀ ਫਿਰ ਤੁਸੀਂ ਪੀਜੀਟੀ ਲਈ ਵੀ ਮੈਥਸ ਲਈ ਐਲੀਜੀਬਲ ਬਣ ਗਏ ਪਰ ਤੁਸੀਂ ਇੰਟਰਸਟ ਰੱਖਦੇ ਹੋ ਗੁੱਡ ਕੁਐਸਚਨ ਇਸ ਲਈ ਹੈ ਕਿ ਫਿਜ਼ੀਕਲ ਸਾਇੰਸ ਵਿੱਚ ਸੋ ਮੈਥ ਤੁਹਾਡਾ ਪੱਕਾ ਹੈ ਇਸ ਨੂੰ ਲੌਕ ਕਰਦੇ ਹੋ ਨਾਲ ਜੇ ਤੁਸੀਂ ਬਹੁਤ ਜ਼ਿਆਦਾ ਪੈਸ਼ਨ ਹੈ ਤਾਂ ਬਹੁਤ ਜ਼ਿਆਦਾ ਚਾਹ ਹੈ ਲੈਕਚਰਾਰਸ਼ਿਪ ਦਾ ਫਿਰ ਤੁਹਾਨੂੰ ਟੀਚਿੰਗ ਆਫ ਫਿਜ਼ੀਕਲ ਸਾਇੰਸ ਹੀ ਲੈਣੀ ਪਏਗੀ ਇਹਦੇ ਨਾਲ ਤੁਸੀਂ ਪੀਜੀਟੀ ਲਈ ਐਲੀਜੀਬਲ ਹੋਵੋਗੇ ਜੇ ਤੁਸੀਂ ਸਾਇੰਸ ਲੈਂਦੇ ਹੋ ਸਾਇੰਸ ਲੈਂਦੇ ਹੋ ਸਾਇੰਸ ਤਾਂ ਮਿਲੇਗੀ ਜੇ ਦੋ ਸਾਇੰਸਿਸ ਤੁਸੀਂ ਪੜ੍ਹੀਆਂ ਹੈ ਹਾਂ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਰਿਲੈਕਸ ਨੇ ਲੇਕਿਨ ਗੌਰਮੈਂਟ ਜੋਬ ਲਈ ਇਹ ਤੁਹਾਨੂੰ ਜ਼ਰੂਰੀ ਹੈ ਦੋ ਸਾਇੰਸਿਸ ਪੜ੍ਹੀਆਂ ਹੋਣੀਆਂ ਚਾਹੀਦੀਆਂ ਜੇ ਤੁਸੀਂ ਸਾਇੰਸ ਲੈਂਦੇ ਹੋ ਤਾਂ ਤੁਸੀਂ ਟੀਜੀਟੀ ਲਈ ਹੀ ਐਲੀਜੀਬਲ ਬਣੋਗੇ ਜਿਹੜਾ ਤੁਹਾਡਾ ਮੇਜਰ ਕੁਐਸਚਨ ਹੈ ਸੋ ਜੇ ਤੁਸੀਂ ਫਿਜ਼ੀਕਲ ਸਾਇੰਸ 'ਚ ਬਹੁਤ ਜ਼ਿਆਦਾ ਇੰਟਰਸਟ ਹੈ ਤੁਹਾਡਾ ਤਾਂ ਤੁਹਾਨੂੰ ਇਹ ਹੀ ਆਪਟ ਕਰਨਾ ਚਾਹੀਦਾ ਹੈ ਇਹਦੇ ਵਿੱਚ ਜੋਬ ਘੱਟ ਹੁੰਦੀਆਂ ਸੰਘਰਸ਼ ਜ਼ਿਆਦਾ ਹੈ ਪਰ ਆਪਣੇ ਚਾਹ ਨੂੰ ਪੂਰਾ ਕਰਨ ਲਈ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਤੁਸੀਂ ਕਰਕੇ ਨਾਲ ਐਡੀਸ਼ਨਲ ਪੇਪਰ ਅਗਲੇ ਸਾਲ ਬੀ ਐਡ ਕਰਨ ਤੋਂ ਬਾਅਦ ਟੀਚਿੰਗ ਆਫ ਸਾਇੰਸ ਪੈਡਾਗੋਜੀ ਆਫ ਸਾਇੰਸ ਦਾ ਦੇ ਸਕਦੇ ਹੋ ਦੂਸਰਾ ਇਹ ਵੀ ਹੋ ਸਕਦਾ ਹੈ ਕਿ ਜੇ ਤੁਸੀਂ ਇੱਕ ਸਾਲ ਬੀ ਐਡ ਕਰ ਲਈ ਹੈ ਸਾਇੰਸ ਦੇ ਨਾਲ ਪੈਡਾਗੋਜੀ ਆਫ ਸਾਇੰਸ ਦੇ ਨਾਲ ਅਤੇ ਬੀ ਐਡ ਕਰਨ ਤੋਂ ਬਾਅਦ ਫਿਜ਼ੀਕਲ ਸਾਇੰਸ ਦਾ ਐਡੀਸ਼ਨਲ ਪੇਪਰ ਦੇ ਦਿਓ ਪਰ ਉਹਦੇ ਲਈ 6 ਮਹੀਨੇ ਨੋਰਮਲੀ ਲੱਗ ਜਾਂਦੇ ਨੇ ਸਾਲ ਤੱਕ 6 ਮਹੀਨੇ ਲੱਗ ਜਾਂਦੇ ਨੇ ਦੈਟ ਇਜ਼ ਆਲ ਕੋਈ ਹੋਰ ਕੁਆਰੀ ਹੋਵੇ ਪੁੱਛ ਸਕਦੇ ਹੋ ਡਾਕਟਰ ਤੀਰ ਸਿੰਘ ਲਰਨ ਟੂ ਐਕਚੁਲਾਈਜ਼